ਤੁਹਾਡਾ ਬੇਟਾ ਇਹ ਮੇਰੇ ਪੋਤਰੇ ਤੇ ਇਹ ਜਦੋਂ ਪੈਦਾ ਹੋਇਆ ਉਦੋਂ ਪੋਲੂਸ਼ਨ ਨਹੀਂ ਹੋਈ ਛੀ ਧੀਆਂ ਤੋਂ ਬਾਅਦ ਅੱਲਾ ਮੈਨੂੰ ਦਿੱਤੇ ਤੋਈ ਮੰਗੇ ਮੰਗੇ ਦਰਬਾਰਾਂ ਦੇ ਤੇ ਮੈਂ ਮੰਨਤਾ ਮੰਨਨ ਤਾਂ ਮੈਨੂੰ ਰੱਬ ਦਿੱਤੇ ਇਹ ਸਾਡਾ ਦੋਸਤ ਹੈਗਾ ਸਾਡਾ ਫੈਕਟਰੀ 'ਚ ਕੰਮ ਕਰਦਾ ਹੈ ਮੈਂ ਫੈਸਲਾਬਾਦ ਤੋਂ ਹੈਗਾ ਇਹਦੀ ਖਾਤਰ ਸਪੈਸ਼ਲ ਚਨਿਓਟ ਆਇਆ ਮੈਂ ਇਹ ਬੜੀਆਂ ਮੰਨਤਾਂ ਨਾਲ ਬੱਚਾ ਲਿਆ ਓਏ ਹੋਏ ਇਹ ਜਾਂਦਾ ਹੀ ਦਰਬਾਰ ਤੇ ਕਹਿੰਦਾ ਬਾਬਾ ਜੀ ਪੁੱਤਰ ਹੋਵੇ ਮੈਂ ਚਾਦਰ ਚੜਾਵਾਂਗਾ ਜਦੋਂ ਮੁੰਡਾ ਵੇਖਿਆ ਨੇ ਬਾਬੇ ਦੇ ਗੱਡੀ ਚੜਾਤੀ मुझे ज़हर पे बड़ा फखर है किस पे जी ज़हर पे बाजी तू ना ना बोल दे बहुत सोने लग रहे थे इन्होंने तारीख रकम की है वैसे तो तारीख उसी दिन रकम हो गई थी जब ये पैदा हुए थे लेकिन बहरहाल 200 बाइसिकल्स पे आना ये बड़ी बात दो महीने खुश रहे ना इधर आगन इन्हें जमण थे हाँ जी पागल हो गए सर खुश कई गुजरे ने सिर च सवाब पा लिया ਮੈਂ ਜਨਰਲ ਵਰ ਪੌਦਾ ਕਿਤੇ ਹਕੀਕਾ ਉਹੀ ਟਾਈਮ ਦੇਖਣਾ ਲਾਈ ਬੜਾ ਬਿਲੀਅਰਡ ਦੇ ਪਾਵੇ ਰਗਾ ਸੇਰਾ ਤੇਰਾ ਵਾਸ ਨਾ ਕਰ ਜੇ ਹੈ ਜੋ ਤੈਨੂੰ ਕੀ ਹੋਵੇ ਹਕੀਕਾ ਠੀਕ ਕਰ ਲੈ ਹਾਂ ਹਾਂ ਹਕੀਕਾ ਮੈਂ ਕਿਤੇ ਹਕੀਕਾ ਹੁੰਦਾ ਹੈ ਹਕੀਕਾ ਹੁੰਦਾ ਹੈ ਐਨ ਸੇ ਹੁੰਦਾ ਹੈ ਬਈ ਮੇਰੇ ਲੱਤਾਂ ਭਨ ਛੋੜੋ ਮੈਂ ਨਹੀਂ ਆਦਾ ਹਕੀਕਾ ਹਕੀਕਾ ਕੋਈ ਸਾਡੇ ਬੜੇ ਜ਼ਿੱਦੀ ਨੇ ਇਹ ਆਪਕੇ ਹਸਬੰਡ ਨੇ ਜੋ ਆਪਕੇ ਸਾਥ ਬੈਠੇ ਜੀ ਤੇ ਇਹ ਬੋਲਤੇ ਨਹੀਂ ਹੈ ਬਹੁਤ ਡੀਸੈਂਟ ਆਦਮੀ ਨੇ ਜੀ ਐਡਾ ਮਜ਼ਾ ਆਇਆ ਸ਼ਾਦੀ 'ਚ ਯਕੀਨ ਕਰੋ ਸਾਈਕਲ 'ਚ ਹਵਾਵਾਂ ਪੂਰੀਆਂ ਫੁੱਲ ਬੂਟੇ ਲਾਏ ਔਰ ਰਸਤੇ ਦੇ ਵਿੱਚ ਅਸੀਂ ਗਨੇਰੀਆਂ ਵੀ ਚੋਪੀਆਂ ਨੇ ਇਹ ਪਾਗਲ ਇਹ ਮੇਰੀ ਦੀਦੀ ਲਵ ਮੈਰਿਜ ਮੇਰੀ ਖਾਸ਼ ਸੀ ਕਿ ਮੇਰਾ ਵਿਆਹ ਕਿਸੇ ਹੀਰੋ ਦੇ ਨਾਲ ਹੀ ਹੋਵੇ ਆ ਭਾਵੇਂ ਖੱਚਰਾਂ ਦਾ ਹੀ ਹੋਵੇ ਲਾੜੇ ਦਾ ਮਾਮਾ ਪੜਿਆ ਗਿਆ ਵਿਆਹ 'ਚ ਕਿਉਂ ਹੁਣ ਚੋਰੀ ਦਾ ਸਾਈਕਲ ਕਿਸੇ ਨੇ ਦਿੱਤਾ ਮੈਂ ਸਹੀ ਅੱਲਾ ਮੈਂ ਕੋ ਦਿੱਤੇ ਜਿਹੜੇ ਲੈ ਛੂਰ ਮੈਂ ਕੰਜੂਸੀ ਨਹੀਂ ਕੀਤੀ ਮੈਂ 2 ਕਿਲੋ ਮਿਠਾਈ ਸਾਰੇ ਸ਼ਹਿਰ 'ਚ ਵੰਡਾਈ ਇਹ ਸਾਰੇ ਸ਼ਹਿਰ ਨੂੰ ਸ਼ੂਗਰ ਸੀ ਬੇਟੇ ਦੇ ਹਿਸਾਬ ਨਾਲ ਇੰਨੀ ਬਹੁਤ ਸੀ ਇਹਦੀ ਤੇ ਪਾਈਆ ਵੀ ਨਹੀਂ ਬਣਦੀ ਦਰਿਆ ਚਨਾਬ 'ਚ ਕਿਹੜੀ ਖਾਸ ਗੱਲ ਹੈ ਜੀ ਏਡੀ ਉਹ ਪੁੱਲ ਪਰ ਸੇ ਛਲਾਂਗੇ ਲਗਾ ਕੇ ਨਹਾ ਰਹੇ ਹੁੰਦੇ ਨੇ ਜੋ ਲੜਕੇ ਤੁਸੀਂ ਕੱਪੜੇ ਚੁੱਕ ਕੇ ਦਾ ਉਹ ਬੜੇ ਟੈਂਪਟਿੰਗ ਹੁੰਦੇ ਨੇ ਬੜਾ ਦਿਲ ਚਾਹਤਾ ਹੈ ਛਲਾਂਗ ਲਗਾਣੇ ਕੋ ਜਵਾਨੀ ਯਾਦ ਕਰਵਾ ਛੋੜੀ ਅੱਛਾ ਹਾਂ ਉਥਾਂ ਹੀ ਮੰਨ ਕੇ ਮੈਂ ਉਹ ਧਰਕ ਮਰੇ ਨਾਮ ਇਹਨੇ ਇੱਕ ਵਾਰੀ ਛਾਲ ਮਾਰੀ ਥੱਲੇ ਮਗਰਮੱਛ ਸੀ ਹੁਣ ਉਹ ਤੇਰਾ ਮੈਂ ਖਰਾਬ ਹੋ ਗਿਆ ਇਹਨੇ ਤਿਆਤਨ ਕਿਹਾ ਵੈਸੇ ਉਹਨੇ ਬਹੁਤ ਗਾਲਾਂ ਕੱਢੀਆਂ ਜ਼ਹਿਰ ਵੀ ਡੇਲੀ ਜਾਂਦੇ ਹਨ ਉਹ ਜ਼ਹਿਰ ਨੂੰ ਤੇ ਉੱਥੇ ਹੀ ਰਹਿਣਾ ਚਾਹੀਦਾ ਉਹ ਜ਼ਹਿਰ ਵੀ ਆਪਕੇ ਸਾਥ ਹੀ ਹੁੰਦੇ ਅੰਕਲ ਹੈ ਚਾਚੂ ਹਾਂ ਕਹਿੰਦੇ ਬੇਟਾ ਆਪਕੇ ਸਾਥ ਹੀ ਹੁੰਦਾ ਹੈ ਆ ਮੇਰੇ ਨਾਲ ਹੁੰਦੇ ਮੇਰੇ ਨਾਲ ਨਹੀਂ ਆਪ ਕਰਤੇ ਕੀ ਹੈ ਮੈਂ ਨਹੀਂ ਉੱਥੇ ਕਰੇ ਨਾ ਫਰਨੀਚਰ ਦਾ ਕੰਮ ਮੈਂ ਵੀ ਇਹਨੇ ਦੇ ਨਾਲ ਹੀ ਕਾਰੋਬਾਰ ਕਰਨਾ ਬਹੁਤ ਲੰਮਾ ਚੌੜਾ ਸਾਡਾ ਫਰਨੀਚਰ ਦਾ ਕਾਰੋਬਾਰ ਹੈ ਦਾਰੂ ਇਹ ਦਾਰੋ ਕੀ ਹੈ ਤੂੰ ਮੌਲਾ ਜੱਟ ਚਲਾਣਾ ਸ਼ੁਰੂ ਕਰ ਦਿੱਤਾ ਯਾਰ ਨਹੀਂ ਜੀ ਮੈਨੂੰ ਪਿਆਰ ਨਾਲ ਦਾਰੋ ਕਹਿੰਦੇ ਨੇ ਸਰਦਾਰਾ ਨਾ ਹੈ ਨਾ ਮੇਰਾ ਪਿਆਰ ਨਾਲ ਕਦੀ ਤਾਇਆ ਜੀ ਵੀ ਕਹਿ ਦਿੰਦੇ ਤੁਸੀਂ ਤੇ ਆਪਣੇ ਭਰਾ ਨੂੰ ਕਦੀ ਕੱਲਿਆਂ ਨਿਕਲਣ ਨਹੀਂ ਦਿੱਤਾ ਇਹਨੂੰ ਨਿਕਲਣ ਨਹੀਂ ਦੇਣਾ ਤੁਹਾਨੂੰ ਰੱਬ ਦਾ ਵਾਸ ਜਦ ਇਹ ਮਾਰੇ ਘਰ ਪਹਿਲੀ ਵਾਰ ਆਏ ਥੇ ਨਾ ਹਮਨੇ ਪੂਰੇ ਮਹੱਲੇ ਕੀ ਸਫਾਈ ਕਰਾਈ ਥੀ ਇਹਦੇ ਕੋਲੋਂ ਉਹ ਵੀ ਕਰਾਇਆ ਥਾ ਮੱਛਰੋਂ ਵਾਲਾ ਸਪਰੇ ਇਨ ਪੇ ਪੂਰੇ ਸ਼ਹਿਰ ਚ ਕੱਲੀ ਕੁੜੀ ਲੱਭੀ ਸਾਨੂੰ ਇਹ ਵਾਲੀ ਬਾਕੀ ਇਹਨੂੰ ਵੇਖ ਕੇ ਬੇਹੋਸ਼ ਹੋ ਗਈਆਂ ਸਨ ਅੱਜ ਮੇਰੀ ਗੱਲ ਸੁਣ ਜੀ ਇਹ ਤੇਰੇ ਮਿਰਾਸੀ ਨਹੀਂ ਤੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਅਸੀਂ ਕਿੱਡੇ ਵੱਡੇ ਮਿਰਾਸੀ ਹੈਗੇ ਆ ਪੁੱਤਰ ਤੂੰ ਮੇਰੇ ਨਾਲ ਹੈ ਖੁਦਾ ਦੀ ਕਸਮ ਮੇਰੇ ਨਾਲ ਇਹ ਫੈਸਲਾ ਬਾਦੀ ਆਪਣੀ ਬੰਦ ਕਰ ਅੱਛਾ ਉਹ ਜ਼ਹਿਰ ਦਾ ਬਚਪਨ ਕਿਵੇਂ ਗੁਜ਼ਰਿਆ ਜ਼ਹਿਰ ਤੇ ਲਾਲ ਨੂੰ ਪਾਓ ਚਾਚੇ ਹੋਣਾ ਨਾਲ ਗੱਲ ਕਰੋ ਅੱਛਾ ਵੇਖ ਲਓ ਅੰਨੇ ਘੋੜੇ ਦਾ ਮਾਲਕ ਹੁੰਦਾ ਸਰ ਇਹਦਾ ਕੋਈ ਫਰਨੀਚਰ ਦਾ ਸ਼ੋਰੂਮ ਨਹੀਂ ਜਿਹੜਾ ਬੈੱਡ ਉੱਥੇ ਬਣਦਾ ਨਾ ਇਹਨੂੰ ਲੰਮਾ ਪਾ ਕੇ ਗਾਹਕ ਨੂੰ ਵਹਾਉਂਦੇ ਦੇਖ ਲਓ ਭਾਜੀ ਬਿਲਕੁਲ ਠੀਕ ਹੈ ਇਹ ਤਾਂ ਨਿੱਕਾ ਹੁੰਦਾ ਇਹ ਤਾਂ ਜਿਹੜੇ ਲਓ ਜ਼ਹਿਰ ਚਾਚਾ ਉਹ ਜ਼ਹਿਰ ਦੀ ਗੱਲ ਨਾ ਕੋਈ ਆਪਣੀ ਡਾਇਰੈਕਟ ਗੱਲ ਕਰ ਕੋਈ ਨਹੀਂ ਮੰਨ ਰਿਹਾ ਉਹਨੂੰ ਅੱਛਾ ਉਹ ਜ਼ਹਿਰ ਤਾਂ ਨਾਲੋਂ 10 ਸਾਲ ਵੱਡਾ ਹੈ ਉਹ ਜ਼ਹਿਰ ਦਾਦੀ ਵਾਲ ਹੋਇਆ ਸੀ ਇਹ ਜਿਹੜੇ ਲਈ ਨਿੱਕਾ ਹੁੰਦਾ ਤਾਂ ਛੋਟਾ ਜਿਹਾ ਗੁਪਲੂ ਜਿਹਾ ਹੁੰਦਾ ਹੈ ਨਿੱਕੂ ਮੈਂ ਪੈਂਟ ਤੇ ਨਿੱਕਰ ਪਵਾ ਗਈ ਮੈਂ ਬਾਜ਼ਾਰ ਪੈਂਟ ਕਿ ਉੱਪਰ ਨਿੱਕਰ ਨਾ ਆਪਣਾ ਆਪ ਨਿੱਕਰ ਤੇ ਸ਼ਰਟ ਪੈਂਟ ਤੇ ਨਿੱਕਰ ਓ ਯਾਰ ਤੇ ਨਹੀਂ ਮਿਰਾਸੀ ਮੇਰਾ ਦਿਮਾਗ ਖਰਾਬ ਕਰ ਜੋੜੇ ਚਾਚਾ ਤੂੰ ਵੀ ਤਾਂ ਸਹੀ ਗੱਲ ਕਰਨਾ ਮਰੇ ਬੰਦ ਖੂਹ ਹੁੰਦਾ ਬਚਪਨ ਦੇ ਦਿਨ ਛੋਟੇ ਲਾ ਇਹਦੇ ਸਾਹਮਣੇ ਆ ਗਏ ਇੱਕ ਦਫਾ ਕੁੱਤਾ ਅੱਛਾ ਤੁਹਾਡਾ ਕੋਈ ਪ੍ਰੋਗਰਾਮ ਡਿੱਠੇ ਹੀ ਨੇ ਕਿ ਵੀ ਹੁੰਦੇ ਤੂੰ ਸਾਡੇ ਸੇ ਵੀ ਕੁੱਤਾ ਸਾਹਮਣੇ ਆਵੇ ਤੇ ਜ਼ੋਰ ਨਾਲ ਹਾਂ ਕਰੋ ਹੀ ਕਿਤੇ ਹੁੰਦੇ ਸਾਹਮਣੇ ਹਾਂ ਕੁੱਤਾ ਇਹਦੇ ਸਾਹਮਣੇ ਬਹਿ ਗਿਆ ਮੈਂ 3 ਦਫਾ ਕੀਤੇ ਹਾਂ 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 ਔਰ ਕੁੱਤੇ ਨੇ ਵੀ ਕਿਹਾ ਜਾਓ ਮੈਂ ਬਾਲ ਦਾ ਰੋਜ਼ਾਨਾ ਸਦਕਾ ਦੇਣਾ ਇਹਦਾ ਸਦਕਾ ਨਹੀਂ ਦੇਈਦਾ ਇਹਦਾ ਜੁਰਮਾਨਾ ਦੇਈਦਾ ਜਿਹੋ ਜਿਹਾ ਬੱਚਾ ਤੇ ਵੇਖ ਇਹਨੇ 2 ਘੋੜਾ ਬੋਸ ਕੀ ਪਾਈ ਘੋੜੇ ਵਿੱਚੋਂ ਨਿਕਲ ਕੇ ਦੌੜ ਗਿਆ ਅੱਛਾ ਇਹ 200 ਸਾਈਕਲਾਂ ਇਹ ਸਾਰੀ ਬਰਾਦਰੀ ਇਹ ਮੇਰੇ ਕੋ ਪਸੰਦ ਗਿਆ ਨਹੀਂ
हाँ सीधा थी के बामने क्योंकि चाचे को होता नहीं ना इंजे क्या वजह क्या है छोटे हाथरे ना इतने रहे ना बड़े बड़े वाक्य जिंदगी दे थे बस रब दे करम में सुत्ता पे आई फुल स्पीड ते पंखा चल दाई डेढ़ दे उते डटे इसके हाँ और पंखा पालश हो गया सारे दा टेढ़े के मसाले दा बनया मसाले दा पखा को मैं ना शर चमक गया मेरा सीधे पोतरा मैं तगुआ था भी आंचो बल्कि सारा मल्ला अपने अपने पखे ते पाने लगे इधर को आ गए कहीं चमका दियो जरा निका जा हाई पे निका जा बाथरूम दे अंदर गए अंदर कुंडी लग गई बाथरूम में दरवाजा नॉक किया तक वे नु काट लाओ दादा वास्ता